ਜਿਹੜਾ ਸ਼ਹਿਰ ਹੈ ਨਾ ਬਾਲੀਵਾਲ, ਇੱਥੇ ਜਿੰਨੇ ਮੇਰੇ ਵੀ ਪੱਗ ਬੰਨਦੇ ਹੋ ਨਾ, ਤੁਹਾਨੂੰ ਸਾਰਿਆਂ ਨੂੰ ਸਲੂਟ ਹੈ। ਸਦਾ ਸਿਰ ਉੱਚਾ ਕਰਕੇ ਜਿਉਣਾ, ਆਪਾਂ ਇੱਥੇ ਪੰਜਾਬੀਆਂ, ਆਪਾਂ ਇੱਥੇ ਗਾਹ ਪਾਇਆ, ਬਸ ਨਾਮ ਅੱਜ ਲਿਆ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਸਾਹਿਲ, ਤੇ ਹੁਣ ਅਸੀਂ ਗੱਲ ਕਰਾਂਗੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਗੀਤਾਂ ਵਾਲੀ ਮਸ਼ੀਨ ਯਾਨੀ ਕਿ ਕਰਨ ਔਜਲਾ ਦੀ। ਕਰਨ ਔਜਲਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਬੇਹੱਦ ਵਾਇਰਲ ਹੋ ਰਹੀ ਹੈ। ਇਹ ਵੀਡੀਓ ਹੈ ਕਰਨ ਔਜਲਾ ਦੇ ਹਾਲ ਹੀ 'ਚ ਹੋਏ ਮੌਂਟਰੀਅਲ ਸ਼ੋਅ ਦੀ। ਇਸ ਸ਼ੋਅ ਦੇ ਵਿੱਚ ਕਰਨ ਔਜਲਾ ਨੇ ਦੱਸਿਆ ਕਿ ਜਿਹੜੇ ਮੁੰਡੇ ਮੌਂਟਰੀਅਲ ਦੇ ਵਿੱਚ ਰਹਿ ਕੇ ਆਪਣੇ ਸਿਰ ਤੇ ਪੱਗ ਸਜਾਉਂਦੇ ਨੇ, ਉਹ ਉਹਨਾਂ ਦੀ ਬਹੁਤ ਰਿਸਪੈਕਟ ਕਰਦਾ ਹੈ। ਕਰਨ ਔਜਲਾ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਬੇਹੱਦ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਕਰਨ ਔਜਲਾ ਕੈਨੇਡਾ ਦੇ ਮੌਂਟਰੀਅਲ 'ਚ ਅਵਸਥਿਤ ਉਹਨਾਂ ਪੰਜਾਬੀਆਂ ਬਾਰੇ ਗੱਲ ਕਰ ਰਹੇ ਨੇ ਜੋ ਉੱਥੇ ਰਹਿੰਦੇ ਨੇ ਅਤੇ ਆਪਣੇ ਸਿਰ ਤੇ ਪੱਗ ਸਜਾਉਂਦੇ ਨੇ। ਆਓ ਤੁਸੀਂ ਵੀ ਦੇਖੋ ਕਰਨ ਔਜਲਾ ਦੀ ਇਹ ਵੀਡੀਓ। ਮੈਨੂੰ ਲੱਗਦਾ ਮੈਨੂੰ ਵੀ ਹੋਣਾ ਚਾਹੀਦਾ ਕਦੇ ਕਦੇ ਖੜਾ ਬਣਾ ਥੋੜੇ ਪੱਗ ਚੱਲ ਜਾ ਕਰ, ਪਰ ਆਹ ਜਿਹੜਾ ਸ਼ਹਿਰ ਹੈ ਨਾ ਮੌਂਟਰੀਅਲ, ਇੱਥੇ ਜਿੰਨੇ ਮੇਰੇ ਵੀ ਪੱਗ ਬੰਨਦੇ ਹੋ ਨਾ, ਤੁਹਾਨੂੰ ਸਾਰਿਆਂ ਨੂੰ ਸਲੂਟ ਹੈ। ਸਦਾ ਸਿਰ ਉੱਚਾ ਕਰਕੇ ਜਿਉਣਾ, ਆਪਾਂ ਇੱਥੇ ਪੰਜਾਬੀਆਂ, ਆਪਾਂ ਇੱਥੇ ਗਾਹ ਪਾਇਆ, ਬਸ ਨਾਮ ਅੱਜ ਲਿਆ। ਕਰਨ ਔਜਲਾ ਨੇ ਆਪਣੇ ਇਸ ਲਾਈਵ ਸ਼ੋਅ ਦੇ ਵਿੱਚ ਪੰਜਾਬੀਆਂ ਦੇ ਬਾਰੇ ਜੋ ਗੱਲ ਕੀਤੀ ਹੈ ਉਸ ਦੇ ਨਾਲ ਤੁਸੀਂ ਕਿੰਨੇ ਕੁ ਸਹਿਮਤ ਹੋ, ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸੋ ਨੀਚੇ ਦਿੱਤੇ ਗਏ ਕਮੈਂਟ ਬਾਕਸ ਦੇ ਵਿੱਚ। ਅਤੇ ਨਵੇਂ ਅਤੇ ਲੇਟੈਸਟ ਅਪਡੇਟਸ ਜਿਹੜੀ ਤੁਸੀਂ ਜੋੜੇ ਰਹਿਣਾ ਦੈਨਿਕ ਸਵੇਰਾ ਟੀਵੀ ਦੇ ਨਾਲ, ਐਂਡ ਡੋਂਟ ਫੋਰਗੇਟ ਟੂ ਸਬਸਕ੍ਰਾਈਬ ਆਰ ਯੂਟਿਊਬ ਚੈਨਲ ਸਵੇਰਾ ਸਟਾਰਟ ਟਾਕਸ।